ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕਰਾਂਗੇ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਜੀ ਦੀ ਕੰਪੋਜੀਸ਼ਨ ਦੇ ਵਿੱਚ। ਪਾਵਨ ਸ਼ਬਦ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੰਦਰ ਸਪਤਕ ਦੇ ਪੰਜਵੇਂ ਕਾਲੇ ਤੋਂ ਇਸ ਸ਼ਬਦ ਨੂੰ ਆਪਾਂ ਸਿੱਖਣਾ ਹੈ, ਛੋਟਿਆਂ ਬੱਚਿਆਂ ਵਾਸਤੇ ਅਤੇ ਮੇਰੀਆਂ ਮਾਤਾਵਾਂ ਭੈਣਾਂ ਵਾਸਤੇ ਇਹ ਸਵਰ ਹੈ। ਉਹਨਾਂ ਨੇ ਇਸ ਸਵਰ ਤੋਂ ਇਸ ਸ਼ਬਦ ਦੀ ਕੰਪੋਜੀਸ਼ਨ ਨੂੰ ਕੱਢਣਾ ਹੈ, ਸਿੱਖਣਾ ਹੈ, ਰਿਆਜ਼ ਕਰਨਾ ਹੈ। ਬੰਦ ਕਹਿਰਵੇ ਤਾਲ ਦੇ ਵਿੱਚ ਇਹ ਸ਼ਬਦ ਹੈ। ਇਸ ਸ਼ਬਦ ਦੇ ਵਿੱਚ ਕੰਪੋਜੀਸ਼ਨ ਦੇ ਵਿੱਚ ਜਿਹੜੀਆਂ ਸੁਰਾਂ ਲੱਗ ਰਹੀਆਂ ਨੇ ਮੈਂ ਤੁਹਾਨੂੰ ਦੱਸਦਾ ਹਾਂ। ਸਾ, ਰੇ, ਗਾ ਦੋਨੋਂ, ਗਾ ਕੋਮਲ ਵੀ, ਗਾ ਸ਼ੁੱਧ ਵੀ, ਮਾ, ਪਾ, ਧਾ ਦੋਨੋਂ, ਧਾ ਕੋਮਲ, ਧਾ ਸ਼ੁੱਧ, ਨੀ ਕੋਮਲ, ਨੀ ਸ਼ੁੱਧ, ਦੋਨੋਂ ਨੀ, ਫਿਰ ਸਾ, ਫਿਰ ਰੇ ਕੋਮਲ ਹੈ। ਸਾ, ਨੀ, ਨੋ, ਦੋਨੋਂ ਨੀ, ਧਾ। ਸਾ ਤੋਂ ਸ਼ੁਰੂ ਕਰਨਾ ਹੈ, ਸਾ ਤੋਂ ਪਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਮੇਰੇ ਨਾਲ ਹੈ। ਇੱਕ ਵਾਰ ਮੈਂ ਸ਼ਬਦ ਗਾਇਨ ਕਰਾਂਗਾ ਹੌਲੀ ਹੌਲੀ, ਸਲੋ ਸਲੋ, ਅਤੇ ਬਾਅਦ ਵਿੱਚ ਉਸਦੀ ਸਰਗਮ ਵੀ ਗਾਇਨ ਕਰਕੇ ਦੱਸਾਂਗਾ, ਸ਼ਬਦ ਦੇ ਉੱਪਰ ਸ਼ਬਦ ਕਿਸ ਤਰ੍ਹਾਂ ਲਗਾਉਣਾ ਹੈ, ਉਹ ਸਲੋ ਆਪ ਜੀ ਨੂੰ ਮੈਂ ਵਜਾ ਕੇ ਦੱਸਾਂਗਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਗੁਰ ਪਿਆਰਾ ਮੇਰੇ ਨਾਲ ਹੈ, ਮੇਰੇ ਨਾਲ ਹੈ। ਇਸ ਦੀ ਸਰਗਮ ਪਾਮਾ ਪਾਪਾ ਗਾਮਾ, ਗਾ ਕੋਮਲ, ਪਾਮਾ ਪਾਪਾ ਗਾਮਾ ਗਾ ਰੇ ਸਾ ਨੀ, ਨੀ ਸ਼ੁੱਧ, ਨੀ ਸਾ, ਸਾ ਰੇ, ਗਾ ਪਾ ਮਾ ਪਾ ਗਾ 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 ਸਾ ਨੀ, ਨੀ ਸਾ, ਸਾ। ਸ਼ਬਦ ਸਰਗਮ ਦੇਖੋ, ਸਰਗਮ ਦੇ ਉੱਪਰ ਸ਼ਬਦ ਕਿਸ ਤਰ੍ਹਾਂ ਲਾਉਣਾ ਹੈ। ਸੋ ਪਾ ਮਾ ਪਾ ਗਾ ਸਤਿਗੁਰ ਪਿਆਰਾ ਮੇਰੇ, ਗਾ ਮਾ ਗਾ ਰੇ ਸਾ ਨੀ ਨਾਲ ਹੈ, ਸਾਰੇ ਗਾ ਪਾ ਮਾ ਪਾ ਗਾ ਮੇਰੇ ਨਾਲ ਹੈ, ਗਾ ਸਾ ਨੀ ਨੀ ਸਾ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਸਰਗਮ ਦੇਖੋ, ਪਾ ਇਹ ਪਾ ਸਵਰ ਹੈ, ਪਾ ਪਾ ਸਾਰੇ ਗਾ ਮਾਰੇ ਸਾ ਨੀ 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 ਗਾ ਸਾ ਧਾ 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 ਨੀ 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 ਰੇ 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 ਸਾ। ਹੁਣ ਸਰਗਮ ਦੇ ਉੱਪਰ ਸ਼ਬਦ ਦੇਖੋ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਪਾਪਾ ਸਾ 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 ਸਾਰੇ ਗਾ ਮਾਰੇ ਸਾ ਨੀ ਨੀ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਨੀ ਗਾ ਸਾ ਧਾ ਧਾ ਨੀ 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 ਰੇ ਸਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਮੇਰੇ ਨਾਲ ਹੈ। ਇਸੀ ਪਹਿਲੀ ਲਾਈਨ, ਉਸ ਤੋਂ ਬਾਅਦ ਇੱਕ ਲਾਈਨ ਨੂੰ ਗਾਇਨ ਕਰਦੇ ਹਨ ਭਾਈ ਸਾਹਿਬ, ਮੇਰੇ ਨਾਲ ਹੈ, 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 ਮੇਰੇ ਨਾਲ ਹੈ। ਸਰਗਮ ਪਾਪਾ ਪਾਪਾ ਗਾ 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 ਮਾਰੇ ਰੇ ਨੀ ਸਾ ਰੇ ਰੇ ਸਾ 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 ਸਾ, ਪਾਪਾ ਗਾ ਗਾ ਸਾਰੇ ਰੇ ਸਾ 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 ਸਾ, ਮੇਰੇ ਨਾਲ ਹੈ, ਪਾਪਾ ਗਾ ਗਾ ਮਾ ਗਾ ਮਾ ਰੇ ਰੇ ਮੇਰੇ ਨਾਲ ਹੈ ਰੇ ਨੀ।
सा रे सा। सो सतगुरु प्यारा मेरे नाल है, मेरे नाल है। ऐसी अस्थाई हम आप शब्द का अंतरा करांगे। सरगम देखो, पाधा धा कोमल, पाधा सा नी सा 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 सा। और अगली लाइन हौ वारे आ, सरगम सा नी धा पा पा नी धा पा मा। जिन हर पी हर, सरगम मा 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 गा मा पा गा रे, देखो दी कथा सुनाई दी। नी धा नी सा धा धा पा पा। सरगम देखो सारी किदा मैं लगातार बजांदा हां। सरगम पा धा सा नी सा 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 नी सा धा पा पा नी धा पा मा पा मा पा गा गा मा दी दी। नी धा नी सा धा धा पा पा। शब्द देखो उसी सरगम दे पर शब्द नु किस तरह लगाना है ते वापसी अस्थाई विच किस तरह जाना है ये मैं लाइन दे नाल अस्थाई विच जावांगा। तिस गुर को कथा सुनाई कह के तुसी अस्थाई ते वापस आना। कथा सुना कथा कथा सुना जिन हर की हर कथा सुनाई कथा सुनाई कथा सुनाई गामा गारे सा 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 गा कोमल लेके कथा सुनाई गामा गारे सा सा सो सतगुरु प्यारा मेरे नाल है, मेरे नाल है। सो सतगुरु प्यारा मेरे नाल है, मेरे नाल है। बाकी सारे अंतरे यही सरगम ते लगने हन ते तुहाडा यही शब्द संपूर्ण हो जाएगा जी। वाहिगुरु जी का खालसा, वाहिगुरु जी की फतेह।